ਖਾਲਸਾ ਵਾਹਿਗੁਰੂ ਜੀ ਫਤਿਹ। ਆਪ ਜੀ ਦੇਖ ਰਹੇ ਹੋਗੇ ਇਸ ਟਾਈਮ ਅਸੀਂ ਮਹੰਤ ਕਿਰਪਾਲ ਦਾਸ ਜੀ ਦੇ ਗੁਰਦੁਆਰੇ ਹੈਗੇ ਹਾਂ ਪੌਂਡਾ ਸਾਹਿਬ ਵਿਖੇ। ਗਾਜ਼ੀਆਬਾਦ ਤੋਂ ਸੰਗਤਾਂ ਆਈਆਂ ਹੈਗੇ ਨੇ। ਇਹ ਮਹੰਤ ਕਿਰਪਾਲ ਦਾਸ ਜੀ ਉਹ ਹੈਗੇ ਸੀ ਜਿਨ੍ਹਾਂ ਦੇ ਨਾਲ 500 ਉਦਾਸੀ ਇਹਨਾਂ ਦੇ ਨਾਲ ਸਾਧੂ ਹੈਗੇ ਸੀ। ਗੁਰੂ ਸਾਹਿਬ ਜਦੋਂ ਭੰਗਾੜੀ ਦੇ ਮਹਾਰਾਜਿਆਂ ਦੇ ਨਾਲ ਯੁੱਧ ਹੋ ਰਿਹਾ ਸੀ ਪਹਾੜੀ ਰਾਜਿਆਂ ਨਾਲ, ਅਤੇ ਉਹ 500 ਜਿਹੜੇ ਸਾਧੂ ਸੀ ਸਾਰੇ ਨੱਟ ਗਏ ਸੀ। ਆਪ ਬਾਬਾ ਜੀ ਇਕੱਲੇ ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ ਸੀ। ਅਤੇ ਪਠਾਨ ਹੈਗਾ ਸੀ ਹਯਾਤ ਖਾਨ, ਹਯਾਤ ਖਾਨ ਦਾ ਉਹਨਾਂ ਨੇ ਆਪਣੇ ਸੋਟੇ ਨਾਲ ਵੱਧ ਕਰ ਦਿੱਤਾ ਹੈਗਾ ਸੀ। ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਪੌਂਡਾ ਸਾਹਿਬ ਵਿਖੇ ਅਤੇ ਪੀਰ ਬੁੱਧ ਸ਼ਾਹ ਜੀ ਨੂੰ ਸਰੋਪੇ ਨਾਲ ਸਨਮਾਨਿਤ ਕੀਤਾ ਸੀ। ਔਰ ਪਹਿਲੀ ਵਾਰ ਸਰੋਪੇ ਦੇਣ ਦੀ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੇ ਪੌਂਡਾ ਸਾਹਿਬ ਤੋਂ ਚਲਾਈ ਹੈਗੀ ਸੀ। ਅਸੀਂ ਆਪ ਇਸ ਟਾਈਮ ਹਿਮਾਚਲ ਪ੍ਰਦੇਸ਼ ਗੁਰੂ ਗੋਬਿੰਦ ਸਿੰਘ ਜੀ ਦੀ ਨਗਰੀ ਪੌਂਡਾ ਸਾਹਿਬ ਵਿਖੇ ਹੈਗੇ ਹਾਂ। ਆਪ ਜੀ ਦਰਸ਼ਨ ਕਰ ਰਹੇ ਹੈਗੇ ਹੋ ਮਹੰਤ ਕਿਰਪਾਲ ਦਾਸ ਜੀ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।